ਸਸਰੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਵਾਬ ਦੇ ਵਿੱਚ ਤੇ ਦੋਸਤੋ ਇੱਥੇ ਗੱਲ ਕਰਾਂਗੇ پیਟ ਪਲੱਸ ਵੀ ਬਾਰੇ ਇੱਕ ਨਵਾਂ ਨੋਟਿਸ ਜਾਰੀ ਹੋ ਚੁੱਕਿਆ ਹੈ ਤੇ ਇਹ ਨੋਟਿਸ ਹੈ ਜੀ ਨਵੇਂ ਸਿਲੇਬਸ ਦੇ ਬਾਰੇ ਤੇ ਕੀ ਹੈ ਇਸ ਨੋਟਿਸ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਚੱਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇੱਥੇ ਤੁਸੀਂ ਇਸ਼ਤਿਹਾਰ ਨੰਬਰ ਦੇਖ ਸਕਦੇ ਹੋ ਜਿਵੇਂ ਕਿ ਸਟੈਨੋ ਟਾਈਪਿਸਟ ਕਲਰਕ ਅਤੇ ਕਲਰਕ ਲੀਗਲ ਪੋਸਟ ਵਾਸਤੇ ਨਵਾਂ ਸਿਲੇਬਸ ਜਾਰੀ ਕੀਤਾ ਗਿਆ ਸੀ ਥੋੜੇ ਟਾਈਮ ਪਹਿਲਾਂ ਤੁਸੀਂ ਦੇਖੇ ਹੋਵੇਗਾ ਤੇ ਉਸ ਸਿਲੇਬਸ ਨੂੰ ਫਿਰ ਤੋਂ ਜੋ ਬਣਾ ਕੇ ਨਵਾਂ ਸਿਲੇਬਸ ਜਾਨੀ ਕਿ ਫਾਈਨਲ ਸਿਲੇਬਸ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਲਦੀ ਹੀ ਜਾਰੀ ਕੀਤਾ ਜਾਵੇਗਾ ਇਹ ਇੱਥੇ ਦੱਸਿਆ ਜਾ ਰਿਹਾ ਹੈ ਤੇ ਇੱਥੇ ਦੇਖ ਸਕਦੇ ਹੋ ਕਿ ਇਸ ਜਨਤਕ ਨੋਟਿਸ ਰਾਹੀਂ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਵਾਂ ਸੰਬੰਧੀ ਮੁੱਢ ਤੋਂ ਸੋਧਿਆ ਸਿਲੇਬਸ ਜਾਨੀ ਕਿ ਫਾਈਨਲ ਸਿਲੇਬਸ ਬੋਰਡ ਦੀ ਵੈਬਸਾਈਟ ਤੇ ਜਲਦੀ ਅਪਲੋਡ ਕੀਤਾ ਜਾਵੇਗਾ ਤੇ ਇਹਨਾਂ ਪ੍ਰਥਿਆਾਂ ਦੇ ਨਾਲ ਸਬੰਧਿਤ ਉਮੀਦਵਾਰ ਤਾਜ਼ਾ ਜਾਣਕਾਰੀ ਲਈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਸਮੇਂ-ਸਮੇਂ 'ਤੇ ਇਸ ਨੂੰ ਚੈੱਕ ਕਰਦੇ ਰਹਿਣ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਕਾਫੀ ਟਾਈਮ ਤੋਂ ਨਿਊਜ਼ਪੇਪਰ ਅਤੇ YouTube ਤੇ ਇਹ ਜੋ ਚੱਲ ਰਿਹਾ ਸੀ ਕਿ ਪੰਜਾਬੀ ਭਾਸ਼ਾ ਨੂੰ ਬਹੁਤ ਘੱਟ ਵਰਤਿਆ ਜਾ ਰਿਹਾ ਹੈ ਜੋ ਆਪਣੇ ਸਿਲੇਬਸ ਦੇ ਵਿੱਚ ਤੇ ਇਸੇ ਕਾਰਨ ਦੋਸਤੋ ਜਿਨ੍ਹਾਂ ਨੇ ਵੀ ਇਸ ਵਿਸ਼ੇ ਦੇ ਸੰਬੰਧੀ ਪੀਟਰ ਪਲਸ ਵੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਇੱਥੇ ਦੇਖ ਸਕਦੇ ਹੋ ਕਿ ਸਫਲਤਾ ਮਿਲ ਚੁੱਕੀ ਹੈ ਇਹਨਾਂ ਦਾ ਜੋ ਮੁਰਤੋ ਸਿਲੇਬਸ ਹੈ ਉਹ ਜਾਰੀ ਕੀਤਾ ਜਾਵੇਗਾ ਤੇ ਨਵੇਂ ਸਿਲੇਬਸ ਦੇ ਅਨੁਸਾਰ ਇੱਥੇ ਪੰਜਾਬੀ ਭਾਸ਼ਾ ਨੂੰ ਜੋ ਸਹੀ ਦਰਜਾ ਮਿਲ ਜਾਵੇਗਾ ਤੇ ਜਿਵੇਂ ਕਿ ਪੰਜਾਬ ਦੇ ਵਿੱਚ ਲੋਕ ਪੰਜਾਬੀ ਕਰਦੇ ਹਿੰਦੀ ਨੂੰ ਜ਼ਿਆਦਾ ਜੋ ਪ੍ਰੇਫਰ ਕਰਦੇ ਹਨ ਤੇ ਇਸੇ ਤਰ੍ਹਾਂ ਆਉਣ ਵਾਲੇ ਇਸ ਸਮੇਂ ਦੇ ਵਿੱਚ ਪੰਜਾਬੀ ਨੂੰ ਜੋ ਜ਼ਿਆਦਾਤਰ ਹੀ ਜੀ ਦਿੱਤੀ ਜਾਣੀ ਚਾਹੀਦੀ ਹੈ ਤੇ ਪੰਜਾਬੀ ਭਾਸ਼ਾ ਦਾ ਜੋ ਜ਼ਿਆਦਾ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਦਫਤਰੀ ਵਰਤੋਂ ਦੇ ਵਿੱਚ ਵੀ ਤੇ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਚਾਹੇ